ਹਰਿਆਣਾ ਵਿਧਾਨ ਸਭਾ ਵਿੱਚ ਜੀਐਸਟੀ ਬਿੱਲ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਹੈ। ਇਸ ਬਿੱਲ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਰੋਧੀ ਧਿਰ ਦਾ ਧੰਨਵਾਦ ਵੀ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਜੀਐਸਟੀ ਬਿੱਲ ਅਤੇ ਤਿੰਨ ਯੂਨੀਵਰਸਿਟੀ ਦੇ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਨੇ। ਇਸ ਦੇ ਨਾਲ ਹੀ ਮੰਤਰੀ ਸਪੀਕਰ ਅਤੇ ਵਿਰੋਧੀ ਨੇਤਾਵਾਂ ਦੀ ਤਨਖਾਹ ਸੰਬੰਧੀ ਵੀ ਬਿੱਲ ਪਾਸ ਕੀਤਾ ਗਿਆ। ਮੁੱਖ ਮੰਤਰੀ ਨੇ ਆਖਿਆ ਕਿ ਹਰਿਆਣਾ ਦੀ ਵੱਖਰੀ ਹਾਈ ਕੋਰਟ ਨੂੰ ਲੈ ਕੇ ਸੰਕਲਪ ਪੱਤਰ ਵੀ ਸਰਬਸੰਮਤੀ ਦੇ ਨਾਲ ਪਾਸ ਹੋਇਆ। ਉਧਰ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਤੇ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਕਿ ਸਹਿਯੋਗ ਨੂੰ ਲੈ ਕੇ ਜੋ ਵੀ ਮੰਗ ਪੱਤਰ ਦਿੱਤਾ ਸੀ ਉਸ ਦੀ ਸਰਵਜਨਿਕ ਕੀਤਾ ਜਾਵੇਗਾ। ਅੱਜ ਸਰਵਸੰਮਤੀ ਸੇ ਜੀਐਸਟੀ ਕਾ ਬਿੱਲ ਪਾਰਿਤ ਹੋਇਆ ਹੈ ਔਰ ਸਾਥ ਮੇਂ ਹੀ ਤਿੰਨ ਯੂਨੀਵਰਸਿਟੀਜ਼ ਕੇ ਬਿੱਲ ਥੇ ਵੋ ਪਾਰਿਤ ਹੋਏ ਹੈ। ਕੁਛ ਮੰਤਰੀਓਂ ਕੇ ਔਰ ਸਾਥ ਮੇਂ ਸਪੀਕਰ, ਡਿਪਟੀ ਸਪੀਕਰ, ਲੀਡਰ ਪੋਜੀਸ਼ਨ, ਇਨਕੇ ਸੈਲਰੀਜ਼ ਕਾ ਵੇਤਨ ਕਾ ਜੋ ਬਿੱਲ ਥਾ ਵੋ ਪਾਰਿਤ ਹੋਇਆ ਹੈ ਔਰ ਸਾਥ ਮੇਂ ਆਜ ਮੈਨੇ ਸਰਵਸੰਮਤੀ ਸੇ ਰੈਜ਼ੋਲੂਸ਼ਨ ਕੀਆ ਹੈ ਕਿ ਹਰਿਆਣਾ ਕਾ ਇੱਕ ਸੈਪਰੇਟ ਹਾਈ ਕੋਰਟ ਹੋਣਾ ਚਾਹੀਏ ਔਰ ਸਰਵਸੰਮਤੀ ਸੇ ਪਾਰਿਤ ਹੋਇਆ ਹੈ। ਕੁੱਲ ਮਿਲਾ ਕੇ ਇਸ ਵਿਸ਼ੇਸ਼ ਸਤਰ ਕੇ ਦਿਨ ਸਰਵਸੰਮਤੀ ਸੇ ਸਭ ਬਾਤੇਂ ਹੋਈ ਹੈ। ਇਸ ਕੇ ਲੀਏ ਮੈਂ ਪੂਰੇ ਵਿਪਕਸ਼ ਕਾ ਆਪਣੀ ਔਰ ਸੇ, ਸਦਨ ਕੀ ਔਰ ਸੇ ਬਹੁਤ ਬਹੁਤ ਆਭਾਰ ਔਰ ਧੰਨਵਾਦ ਪ੍ਰਗਟ ਕਰਦਾ ਹੂੰ।